वेलकम गाइस ऑन माय यूट्यूब चैनल एंड यू आर वाचिंग माय चैनल आइल्स विद सोफिया आज दी वीडियो मैं बना लगे हाँ रीडिंग दी ट्रांसलेशन के उत्ते कि आप ट्रांसलेशन कि इंप्रूव कर सकते हैं गाइस ट्रांसलेशन इंप्रूव करने दे लिए सब तो पहला तो ज्वाइन कर लो मेरा टेलीग्राम चैनल आइलट्स विद सोफिया आई कैपिटल ई कैपिटल एल कैपिटल टी कैपिटल एस कैपिटल स्पेस W कैपिटल I कैपिटल T कैपिटल H कैपिटल स्पेस S कैपिटल O कैपिटल F कैपिटल I कैपिटल A कैपिटल ਇਹ ਮੈਂ ਸਾਰਾ ਤਾਂ ਬੋਲਿਆ ਕਿਉਂਕਿ بڑے ਬੱਚਾ ਨੂੰ ਕਨਫਿਊਜ਼ਨ ਹੁੰਦੀ ਹੈ ਮੇਰਾ ਟੈਲੀਗ੍ਰam ਚੈਨਲ ਫਾਈਂਡ ਕਰਨ ਦੇ ਵਿੱਚ ਉਹ স্মੋਲ ਲਿਖ ਦਿੰਦੇ ਆ ਸਾਰੇ ਸਾਰਾ ਕੁਝ ਕੈਪੀਟਲ ਲਿਖਣਾ ਐਂਡ ਕਿਉਂ ਕਰਨਾ ਤੁਸੀਂ ਜੁਆਇਨ ਹੋਣ ਇਹ ਸੁਣੋ ਕਿਉਂਕਿ ਉੱਥੇ ਮੈਂ ਇੱਕ ब्रिल्स G B R I डबल -L, L S ब्रिल्स न्यूज़पेपर मैं अपलोड ਕਰਦੀਆਂ ਪੀਡੀਐਫ ਠੀਕ ਹੈ ਲਾਈਕ ਹਫਤੇ ਦੇ ਵਿੱਚ ਉਹ ਦੋ ਜਾਂ ਤਿੰਨ ਵਾਰ ਆਂਦਾ ਵੈ ਉਹ ਮੈਂ ਅਪਲੋਡ ਕਰਦੀਆਂ ਪੀਡੀਐਫ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਉਸ ਪੀਡੀਐਫ ਦੇ ਵਿੱਚ ਕੀ ਹੁੰਦਾ ਵੈ ਇੰਗਲਿਸ਼ ਨਿਊਜ਼ਪੇਪਰ ਹੁੰਦਾ ਵੈ ਇੰਗਲਿਸ਼ ਨਿਊਜ਼ਪੇਪਰ ਦੇ ਨਾਲ-ਨਾਲ ਹਿੰਦੀ ਟ੍ਰਾਂਸਲੇਸ਼ਨ ਦਿੱਤੀ ਹੁੰਦੀ ਹੈ ਜਿਸ ਦੇ ਨਾਲ ਵੋਕੇਬ ਦਿੱਤੀ ਹੁੰਦੀ ਹੈ ਜਿਸ ਦੇ ਨਾਲ ਗ੍ਰਾਮਰ ਤੁਹਾਡੇ ਲਾਈਕ ਫਰੇਜ਼ੀਸ ਈਡੀਅਮਸ ਇਫ ਵੈਦਰ ਦਾ ਯੂਜ਼ ਕੀਤਾ ਹੁੰਦਾ ਹੈ ਡਬਲ ਜਿਹੜੇ ਸਾਊਂਡ ਦਿੰਦੇ ਆ ਵਰਡਸ ਉਹਨਾਂ ਦੀ ਜਿਹੜੇ ਵਰਡਸ ਹੁੰਦੇ ਆ ਸੋ ਜੁਆਇਨ ਜ਼ਰੂਰ ਕਰੋ ਅਗਰ ਉਸ ਪੀਡੀਐਫ ਨੂੰ ਤੁਸੀਂ ਫ੍ਰੀ ਦੇ ਵਿੱਚ ਲੈਣਾ ਚਾਹੁੰਦੇ ਹੋ ਲਾਸਟ ਬਟ ਨਾਟ ਲੀਸਟ ਮੈਥਡ ਟੂ ਸੋਲਵ ਦਾ ਰੀਡਿੰਗ ਵਿਦਆਊਟ ਟਰਾਂਸਲੇਸ਼ਨ ਐਂਡ ਥੈਟ ਇਜ਼ ਗ੍ਰਾਮਰ ਗ੍ਰਾਮਰ ਮੀਨਸ ਟੂ ਸੇ ਪ੍ਰੀਪੋਜੀਸ਼ਨ ਆਰਟੀਕਲ ਜੀਰੰਡ verb the first form plus ing is am are has have would be means to say helping verb it's a very powerful weapon to solve the reading module if you have lack of translation power yes so is video want to share karo unna students de naal jinna students nu bahut zyada problem hai translation karan de vich ya translation nahi hundi mainu ta sene na vi nahi hunde ਹੁਣ ਮੈਂ ਪੇਪਰ ਕਿਦਾਂ ਕਲੀਅਰ ਕਰਾਂ देन ਗਾਇਸ ਪੇਪਰ ਕਲੀਅਰ ਮਿੰਟ ਦੇ ਵਿੱਚ ਹੋ ਜਾਣਾ ਹੈ ਅਗਰ ਤੁਸੀਂ ਇੰਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਲਓ ਜਿਹੜੀਆਂ ਮੈਂ ਹੁਣੇ ਬੋਲੀਆਂ ਪ੍ਰੈਪੋਜੀਸ਼ਨ ਟੂ ਆਫ ਇਨ ਐਟ ਫੋਰ ਵਿਦ ਆਰਟੀਕਲ ਏ ਐਨ ਦਾ ਜੀਰੰਡ ਵਰਬ ਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਤੁਹਾਡੀ ਰੀਡਿੰਗ ਤੁਹਾਨੂੰ ਬਹੁਤ ਜ਼ਿਆਦਾ ਆਸਾਨ ਲੱਗਣੀ ਹੈ ਤੇ ਜਦੋਂ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਦੈਨ ਟ੍ਰਾਂਸਲੇਸ਼ਨ ਤੁਹਾਨੂੰ ਖੁਦ ਉਹ ਖੁਦ ਆ ਜਾਣੀ ਹੈ ਤੁਹਾਨੂੰ ਜਿਆਦਾ ਮਿਹਨਤ ਨਹੀਂ ਕਰਨੀ ਪੈਣੀ ਕਈ ਕਹਿੰਦੇ ਆ ਨੋਵਲ ਪੜ ਲਓ ਅ ਇੰਗਲਿਸ਼ ਨਿਊਜ਼ਪੇਪਰ ਹਿੰਦੁਸਤਾਨ ਵਾਲਾ ਪੜ ਲਓ ਹਿੰਦੁਸਤਾਨ ਵਾਲਾ ਨਿਊਜ਼ਪੇਪਰ ਤਾਂ ਤਾਂ ਪੜੋਗੇ ਨਾ ਜੇਕਰ نیچے ਹਿੰਦੀ ਟ੍ਰਾਂਸਲੇਸ਼ਨ ਜਾਂ ਪੰਜਾਬੀ ਦਿੱਤੀ ਹੋਏਗੀ ਤਾਂ ਫੇਰ ਹੀ ਪੜਨ ਦਾ ਫਾਇਦਾ ਵੈ ਤੇ ਉਹ ਬ੍ਰਿਲਸ ਦੇ ਵਿੱਚ ਦਿੱਤੀ ਹੈ ਤੇ ਬ੍ਰਿਲਸ ਲੈਂਡ ਦੇ ਲਈ ਤੁਹਾਨੂੰ ਜੁਆਇਨ ਕਰਨਾ ਪੈਣਾ ਮੇਰਾ ਟੈਲੀਗ੍ਰam ਚੈਨਲ IELTS WITH SOPHIA ਸਮਝ ਲੱਗੀ ਜੇ ਅਗਰ ਨੋਵਲ ਪੜੋਗੇ ਤਾਂ ਬੋਰ ਹੋ ਜਾਓਗੇ ਡੈਫੀਨੇਟਲੀ ਆਈ ਏਮ ਸੇਇੰਗ ਨੋਵਲ ਦੇ ਨਾਲ ਤੁਸੀਂ ਬੋਰ ਹੋਵੋਗੇ ਜਿਹੜੇ ਬੱਚੇ ਪਰਫੈਕਟ ਹੈ ਲਾਈਕ ਜਿਨ੍ਹਾਂ ਦਾ ਬੋਰ ਆਈਸੀਆਈਸੀ ਹੈ ਉਹ ਤਾਂ ਫਿਰ ਨਹੀਂ ਬੋਰ ਹੋਣਗੇ ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਆਦਤ ਪਈ ਹੁੰਦੀ ਹੈ ਇੰਗਲਿਸ਼ ਰੀਡਿੰਗ ਦੀ ਸਮਝ ਲੱਗੇ ਸੋ ਇਹ ਵਾਲੀ ਗ੍ਰਾਮਰ ਸਕਿੱਲ ਤੇ ਬ੍ਰਿਲਜ਼ ਨਿਊਜ਼ਪੇਪਰ ਤੁਹਾਡੇ ਰੀਡਿੰਗ ਟ੍ਰਾਂਸਲੇਸ਼ਨ ਨੂੰ ਇੰਪਰੂਵ ਕਰ ਸਕਦੇ ਆ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਦੋ ਮੈਥਡ ਅਪਲਾਈ ਕਰਨੇ ਆ ਫਿਰ ਰੀਡਿੰਗ okay guys god bless you now we will meet in the next video stay connected i with Sophia.